ਦੇਖੋ ਅੱਜ ਤੁਸੀਂ ਸਾਰਾ ਭਾਈਚਾਰਾ ਆਇਓ ਬਹੁਤ ਗੰਭੀਰ ਜਿਹੜਾ ਮੁੱਦੇ ਦੇ ਉੱਤੇ ਤੁਹਾਨੂੰ ਖੇਚਲ ਦਿੱਤੀ ਜਾਂਦੀ ਹੈ ਤੁਹਾਡਾ ਜਿਹੜਾ ਸਮਾਂ ਲਿਆ ਜਾਂਦਾ ਹੈ ਕਿ 2 ਮਹੀਨੇ ਤੋਂ ਲਗਾਤਾਰ ਸ਼ਹਿਰ ਟ੍ਰੈਫਿਕ ਦੇ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਲੋਕ ਬਹੁਤ ਸਾਰੇ ਪਰੇਸ਼ਾਨ ਨੇ ਉਸ ਸੰਬੰਧ ਦੇ ਵਿੱਚ ਕੱਲਾ ਜੇ ਮੈਂ ਕਹਾਂ ਪੁਲਿਸ ਨੂੰ ਦੋਸ਼ ਦਿੱਤਾ ਜਾਵੇ ਮੇਰਾ ਮੇਰੀ ਆਦਤ ਹੈ ਕਿ ਇੱਕ ਮੇਨ ਜੜ ਫੜੀ ਜਾਵੇ ਕੀ ਹੈ ਕਿ ਕਿਦੇ ਕਰਕੇ ਸਾਰੀ ਮਤਲਬ ਦਿੱਕਤ ਆ ਰਹੀ ਹੈ ਸ਼ਹਿਰ ਦੇ ਵਿੱਚ ਇੱਕ ਜੀ 20 ਹੋਣ ਜਾ ਰਿਹਾ ਖੁਸ਼ੀ ਹੈ ਸਾਡੇ ਸ਼ਹਿਰ ਦੇ ਵਿੱਚ ਇਹੋ ਜੇ ਸਮੇਲਨ ਇਹੋ ਜੇ ਸਮਾਗਮ ਜਾਂ ਜੋ ਵੀ ਹੈ ਹੋਣੇ ਚਾਹੀਦੇ ਨੇ ਉਹ ਵਿਦੇਸ਼ੀਆਂ ਨੂੰ ਸਾਡਾ ਸ਼ਹਿਰ ਲਾਲ ਵਿਖਾਉਣ ਲਈ ਕਿ ਬਹੁਤ ਸੋਹਣਾ ਸਾਡੇ ਲੋਕਾਂ ਦੇ ਮੂੰਹ ਦੇ ਉੱਤੇ ਚਪੇੜਾ ਮਾਰ ਕੇ ਲਾਲਣਾ ਕੀਤਾ ਜਾਵੇ ਇਹਦੇ ਨਾਲ ਜਿਹੜੀਆਂ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਨੇ ਉਹ ਕੀ ਨੇ ਜਿਹੜੀਆਂ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਜਿਹੜੀਆਂ ਅੱਜ ਕਮਿਸ਼ਨਰ ਦੇ ਧਿਆਨ 'ਚ ਵੀ ਕਮਿਸ਼ਨਰ ਕਾਰਪੋਰੇਸ਼ਨ ਦੇ ਧਿਆਨ 'ਚ ਵੀ ਲਿਆਂਦੀਆਂ ਨੇ ਕੱਲ ਸਾਰੇ ਸ਼ਹਿਰ ਦੇ ਵਿੱਚ ਸਾਰਾ ਦਿਨ ਜਿਹੜਾ ਉਹ ਟ੍ਰੈਫਿਕ ਸਹੀ ਨਹੀਂ ਹੋ ਸਕੀ ਕੱਲ α1 ਜਿੱਥੇ ਮਾਲ ਹੈ ਸਾਡਾ ਉਹਦੇ ਥੱਲੇ ਕੋਈ ਸੜਕ ਪੈਣੀ ਸੀਗੀ ਔਰ 2 ਘੰਟੇ ਦਾ ਕੰਮ ਸੀਗਾ 10 ਘੰਟੇ ਉਸ ਕੰਮ ਨੂੰ ਲਾਏ ਗਏ ਜਿਵੇਂ ਸਰਕਾਰੀ ਕੰਮ ਕੀਤੇ ਜਾਂਦੇ ਨੇ ਜੇ ਸਪੀਡ ਦੇ ਨਾਲ ਕੀਤੇ ਜਾਂਦੇ ਨੇ 8-9 ਘੰਟੇ ਦੇ ਵਿੱਚ ਉਹ ਕੰਮ ਮੁਕਾਇਆਗਾ ਔਰ ਸਾਰੇ ਸ਼ਹਿਰ ਦੇ ਵਿੱਚ ਤਰਾ ਤਰਾ ਜਿਹੜੀ ਉਹ ਕਰ ਦਿੱਤੀ ਗਈ ਇੱਕ ਸਿੰਗਲ ਬੰਦਾ ਇੱਕ ਸਿੰਗਲ ਬੰਦਾ ਪੁਲ ਦੇ ਉੱਤੇ ਖਲੋਤਾ ਸੀ ਜਿਹੜਾ ਕਹਿ ਰਿਹਾ ਸੀਗਾ ਕਿ ਇੱਧਰ ਟ੍ਰੈਫਿਕ ਨਹੀਂ ਲੰਘਣੀ ਤੇ ਸਾਡੇ ਲੋਕ ਜਿਹੜੇ ਜਿਵੇਂ ਭੇਡਾਂ ਵਾਂਗੂ ਨੇ ਹਿੱਕ ਦਈਦਾ ਵੀ ਉਹਨੂੰ ਪੁੱਛਣ ਤੱਕ ਦੀ ਹਿੰਮਤ ਨਹੀਂ ਸੀ ਕਰ ਰਹੇ ਉੱਥੇ ਵਲੰਟੀਅਰ ਨੂੰ ਤੇ ਪੁਲਿਸ ਮੁਲਾਜ਼ਮ ਨੂੰ ਵੀ ਕਿਉਂ ਖੜਾ ਕੀਤਾ ਯਾਰ ਤੁਸੀਂ ਕਿਉਂ ਨਹੀਂ ਰੋਡ ਤੋਂ ਅੱਗੇ ਜਾਣ ਦਿੱਤੇ ਜਾਂਦੇ ਸੋ ਸਾਡੇ ਲੋਕਾਂ ਦੀ ਹਾਲਤ ਪਤਾ ਕੀ ਹੈ ਬੋਲਣਾ ਚਾਹੁੰਦੇ ਨਹੀਂ ਇੰਨੀ ਧੀਰ ਤੋਂ ਟ੍ਰੈਫਿਕ ਸਿਸਟਮ ਜਾਮ ਹੈ ਕੋਈ ਨਹੀਂ ਬੋਲ ਰਿਹਾ ਕੋਈ ਸਵਾਲ ਨਹੀਂ ਕਰ ਰਿਹਾ ਮੈਂ ਅੱਗੇ ਲੋਕਾਂ ਦੀ ਤੁਲਨਾ ਪਤਾ ਕੀ ਕਰਦਾ ਨਾ ਕਿ ਇੱਕ ਰਾਜਾ ਸੀਗਾ ਉਹ ਬੜੇ ਟੈਕਸ ਲਾਉਂਦਾ ਰਹਿੰਦਾ ਸੀਗਾ ਬਹੁਤ ਜਿਆਦਾ ਟੈਕਸ ਉਹਨੇ ਲਾਉਣੇ ਜਨਤਾ ਨੇ ਬੋਲਣਾ ਹੀ ਨਾ ਉਹਨੇ ਹੋਰ ਜਿਆਦਾ ਟੈਕਸ ਲਾ ਦੇਣੇ ਜਨਤਾ ਨੇ ਬੋਲਣਾ ਹੀ ਨਾ ਮਤਲਬ ਜਨਤਾ ਜੋ ਮਰਜੀ ਉਹਦੇ ਉੱਤੇ ਕਰੀ ਜਾਂਦਾ ਸੀ ਕਿ ਕੁਸਕਣ ਦੀ ਹਿੰਮਤ ਨਹੀਂ ਸੀ ਕਰਦੇ ਜਦੋਂ ਟੈਕਸਾਂ ਦੀ ਮਤਲਬ ਬਹੁਤ ਜਿਆਦਾ ਉਹਨੇ ਟੈਕਸ ਲਾ ਦਿੱਤੇ ਉਹਨੇ ਟੈਕਸ ਦੇ ਨਾਲ ਨਾਲ ਕੀ ਕਰਨਾ ਸ਼ੁਰੂ ਕਰ ਦਿੱਤਾ ਕਿ ਜਨਤਾ ਦੇ ਵਿੱਚ ਇਹ ਕਿੰਨੀ ਜਰਨ ਦਾ ਮੱਦ ਹੈਗਾ ਉਹਨੇ ਕਿਹਾ ਜੀ ਟੈਕਸ ਦੇ ਨਾਲ ਨਾਲ ਜਦੋਂ ਇਹ ਟੈਕਸ ਦੇਣ ਆਉਂਦੇ ਨੇ ਇਹਨਾਂ ਨੂੰ 476 ਵੀ ਮਾਰੇ ਜਾਇਆ ਕਰਨ ਤੇ ਉੱਥੇ ਜਿਹੜੇ ਟੈਕਸ ਲੈਂਦੇ ਸੀਗੇ ਉਹਨਾਂ ਨੂੰ ਛੱਤਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਜਨਤਾ ਰਾਜੇ ਦੇ ਦਰਬਾਰ 'ਚ ਜਾਂਦੀ ਹੈ ਰਾਜਾ ਸੋਚਦਾ ਵੀ ਸ਼ਾਇਦ ਜਨਤਾ ਜਾਗ ਗਈ ਆ ਯਾਰ ਇਹ ਮੈਨੂੰ ਕਹਿਣ ਆਈ ਹੋਏਗੀ ਕਿ ਟੈਕਸ ਬਹੁਤ ਜ਼ਿਆਦਾ ਨੇ ਸਾਨੂੰ 76 ਵੱਜ ਰਹੇ ਨੇ ਤੇ ਲੋਕ ਉੱਥੇ ਮਾਸੂਮ ਜਿੱਦਾਂ ਸਾਡੇ ਸ਼ਹਿਰ ਵਾਲੇ ਨੇ ਜਿੱਦਾਂ ਲੋਕ ਡਰਦੇ ਨੇ ਪ੍ਰਸ਼ਾਸਨ ਤੋਂ ਉਹ ਰਾਜੇ ਨੂੰ ਜਾ ਕੇ ਅਪੀਲ ਪਤਾ ਕੀ ਕਰਦੇ ਨੇ ਕਿ ਰਾਜਾ ਸਾਹਿਬ ਜਿਹੜੇ ਸਾਨੂੰ ਛੱਤਰ ਮਾਰਦੇ ਨੇ ਉਹਨਾਂ ਦੀ ਗਿਣਤੀ ਵਧਾ ਦਿਓ ਸਾਨੂੰ ਟਾਈਮ ਥੋੜਾ ਜ਼ਿਆਦਾ ਲੱਗ ਜਾਂਦਾ ਸੋ ਆਹ ਹਾਲਾਤ ਸਾਡੇ ਸ਼ਹਿਰ ਦੇ ਜਿਹੜੇ ਕੀਤੇ ਗਏ ਆ ਇੱਕ ਸਿੰਗਲ ਮੁਲਾਜ਼ਮ ਖੜਾ ਹੋ ਜਾਂਦਾ ਔਰ ਲੋਕਾਂ ਨੂੰ ਕਹਿ ਦਿੰਦਾ ਅੱਜ ਇੱਥੋਂ ਨਹੀਂ ਜਾਣਾ ਮੈਂ ਕੱਲ ਅੱਜ ਤੁਸੀਂ ਦੇਖੋ ਆਹ ਸ਼ਹਿਰ ਦੇ ਵਿੱਚ ਤੁਹਾਨੂੰ ਟ੍ਰੈਫਿਕ ਦੁਪਹਿਰ ਤੱਕ ਨਜ਼ਰ ਨਹੀਂ ਆਈ ਕੱਲ ਮੈਂ ਠੇਕੇਦਾਰ ਨੂੰ ਫੋਨ ਕੀਤਾ ਸੀਗਾ ਸੌਰੀ ਮੈਂ ਜੋ ਤੁਹਾਨੂੰ ਮਤਲਬ ਕਹਿਣ ਲੱਗਾ ਉਹਨੂੰ ਮੈਂ ਸਪਸ਼ਟ ਕਿਹਾ ਸੀਗਾ ਕਿ ਅੱਜ ਜੇ ਤੇਰੀ ਮਸ਼ੀਨਰੀ ਦੁਬਾਰਾ ਉੱਥੇ ਲੱਗੀ ਤੇ ਤੇਰੀ ਮਸ਼ੀਨਰੀ ਦਾ ਜੋ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਤੂੰ ਹੋਵੇਂਗਾ ਅੱਜ ਉੱਥੇ ਕੰਮ ਨਹੀਂ ਕੀਤਾ ਜਾ ਰਿਹਾ ਅੱਜ ਸਾਰਾ ਸ਼ਹਿਰ ਜਿਹੜਾ ਉਹ ਠੀਕ ਚੱਲਦਾ ਰਿਹਾ ਕੱਲ ਦੀ ਮੈਂ ਹੋਰ ਤੁਹਾਨੂੰ ਕੱਢਣਾ ਜਿਹੜੀਆਂ ਲੋਕਾਂ ਨਾਲ ਜੁੜੀਆਂ ਨੇ ਮੈਂ ਉਹ ਤੁਹਾਨੂੰ ਛੋਟੀਆਂ-ਛੋਟੀਆਂ ਲੱਗਾਂ ਦੱਸਣ ਕੱਲ ਲਾਰੈਂਸ ਰੋਡ ਦੇ ਉੱਤੇ ਇੱਕ ਆਰ ਚੀਜ਼ ਗੈਲਰੀ ਹੈ ਜੀ ਮੈਂ ਉੱਥੋਂ ਕੋਈ ਸਮਾਨ ਲੈਣ ਗਿਆ ਆਪਣਾ ਔਰ ਉਹ ਦੋਵੇਂ ਮੀਆਂ ਬੀਵੀ ਮਤਲਬ ਪਰੇਸ਼ਾਨ ਏਡੇ ਸੀ ਉਹਨਾਂ ਦੇ ਸਾਹਮਣੇ ਇੱਕ ਸੜਕ ਪੁੱਟੀ ਜਾ ਰਹੀ ਸੀ ਜਿਹਦੇ ਵਿੱਚ ਇੱਕ ਪਾਈਪ ਲਾਈਨ ਪੈਣੀ ਸੀ ਸੀਵਰ ਦੀ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕੀ ਗੱਲ ਉਹ ਕਹਿੰਦੇ ਜੀ ਅੱਜ ਹੀ ਸਾਡਾ ਦਿਨ ਹੈ ਵੈਲੈਂਟਾਈਨ ਦੇ ਜਿਹੜਾ ਡੇ ਹੈ ਅੱਜ ਹੀ ਸਾਡਾ ਇਹ ਕੰਮ ਜਿਹੜਾ ਬੰਦ ਕਰਕੇ ਰੱਖ ਦਿੱਤਾ ਔਰ ਅੱਜ ਦੇ ਦਿਨ ਜੇ ਕਿਸੇ ਦਿਨ ਦੀਵਾਲੀ ਵਾਲੇ ਦਿਨ ਕਿਸੇ ਹਲਵਾਈ ਦੀ ਦੁਕਾਨ ਦੇ ਅੱਗੇ ਪੁੱਟ ਦੋਗੇ ਤੇ ਉਹਦਾ ਤੇ ਤੁਸੀਂ ਸਾਰੇ ਸਾਲ ਦਾ ਨੁਕਸਾਨ ਕਰੋਗੇ ਨਾ ਉੱਥੇ ਖੜੇ ਮੈਂ ਇੱਕ ठेकेदार ਹੋਰ ਸੀਗਾ ਉਹਨੂੰ ਮੈਂ ਫੋਨ ਕੀਤਾ ਵੀ ਆਪਣੇ ਬੰਦਿਆਂ ਨੂੰ ਕਹੇ ਕੰਮ ਬੰਦ ਹੋਣਾ ਚਾਹੀਦਾ ਵਾ ਉਹ ਕੰਮ ਬੰਦ ਕੀਤਾ ਗਿਆ ਉਸ ਤੋਂ ਬਾਅਦ ਅੱਜ ਮੈਂ ਉਹ ਦੁਕਾਨਦਾਰ ਨੂੰ ਪੁੱਛਿਆ ਹਾਂ ਅੰਦਾ ਭਾਰੀ ਉਹ ਬਹੁਤ ਵਧੀਆ ਸਾਡਾ ਕੱਲ ਕੰਮ ਚੱਲਿਆ ਜੇ ਅੱਜ ਇਹ ਕਰਨਾ ਚਾਹਣ ਤੇ ਕਰ ਸਕਦੇ ਨੇ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਜੇਈ ਉਹ ਇੰਨੀ ਤਾਕਤ ਰੱਖਦਾ ਹੈ ਕਿ ਯਾਰ ਸਾਰਾ ਸ਼ਹਿਰ ਜਿਹੜਾ ਜਾਮ ਕਰ ਦਿੱਤਾ ਜਾਵੇ ਇਸ ਸਬੰਧ ਦੇ ਵਿੱਚ ਅੱਜ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਮੈਨੂੰ ਪਤਾ ਸੀਗਾ ਕਿ ਪ੍ਰੋਬਲਮ ਉਹਨਾਂ ਨੇ ਕੀ ਦੱਸਣੀ ਹੈ ਕਿ ਲੁੱਕ ਜਿਹੜੀ ਉਹ ਦਿਨੇ ਪੈ ਸਕਦੀ ਆ ਕੰਮ ਰਾਤ ਨੂੰ ਕੀਤੇ ਜਾਣ ਨਾ ਜੇ ਲੁੱਕ ਦਿਨੇ ਪੈ ਸਕਦੀ ਆ ਤੇ ਥੋੜੇ ਦਿਨ ਦੇਖ ਲੈ ਜਾਣ ਜੇ ਠੰਡ ਹੈ ਤੇ 10 15 ਦਿਨ ਹਟਕੇ ਕੀਤਾ ਜਾਵੇ ਇਹ ਕੰਮ ਇਹ ਜ਼ਰੂਰੀ ਨਹੀਂ ਕਿ ਹੋਣੀ ਹੈ ਲੁੱਕ ਪੈਣੀ ਸੀਗੀ ਹੋਣੀ ਹੈ ਪੈਸੇ ਜਿਹੜੇ ਖਫਤ ਕਰਨੇ ਸੀ ਆਮ ਤੌਰ ਤੇ ਠੇਕੇਦਾਰਾਂ ਨੂੰ ਕਾਹਲੀ ਹੁੰਦੀ ਆ ਕਿ ਆਪਣਾ ਕੰਮ ਛੇਤੀ ਕੀਤਾ ਜਾਵੇ ਆਪਣਾ ਕੰਮ ਵੱਡੇ ਤੌਰ ਦੇ ਉੱਤੇ ਵਿਖਾਇਆ ਜਾਵੇ ਔਰ ਉਹਨਾਂ ਦੀ ਕੋਈ ਟਾਈਮ ਲਿਮਟ ਬਾਉਂਡ ਹੁੰਦੇ ਆ ਜਿਹਦੇ ਕਰਕੇ ਕੀਤਾ ਜਾਵੇ ਪਰ ਉਹਦੇ ਵਿੱਚ ਸ਼ਹਿਰ ਦਾ ਨੁਕਸਾਨ ਹੁੰਦਾ ਆ ਫੜਾ ਤਫੜੀ ਦੇ ਵਿੱਚ ਸੋ ਇਸ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਮਿਲੇ ਆ ਔਰ ਦੂਜੀ ਚੀਜ਼ ਇਹਨਾਂ ਦੇ ਮੈਂ ਧਿਆਨ ਚ ਲਿਆਂਦੀ ਆ ਕਿ ਪੁਲਿਸ ਦੇ ਨਾਲ ਤੁਹਾਡਾ ਤਾਲਮੇਲ ਹੋਣਾ ਚਾਹੀਦਾ ਟ੍ਰੈਫਿਕ ਪੁਲਿਸ ਦੇ ਨਾਲ ਜਦੋਂ ਵੀ ਤੁਸੀਂ ਕਿਤੇ ਕੋਈ ਰੋਡ ਜਾਮ ਕਰਨੀ ਆ ਜਦੋਂ ਵੀ ਤੁਸੀਂ ਕਿਤੇ ਇਹੋ ਜਿਹਾ ਕੰਮ ਕਰਨਾ ਹੈ ਤੁਸੀਂ ਟ੍ਰੈਫਿਕ ਪੁਲਿਸ ਨੂੰ ਇਨਫਾਰਮ ਜ਼ਰੂਰ ਕਰੋ ਪਰਮਿਸ਼ਨ ਲੈਣ ਦੀ ਲੋੜ ਨਹੀਂ ਉੱਥੇ ਨਵੀਆਂ ਕਮਿਸ਼ਨਾਂ ਸ਼ੁਰੂ ਹੋ ਜਾਣਗੀਆਂ ਨਵੀਂ ਦੁਕਾਨਦਾਰੀ ਸ਼ੁਰੂ ਹੋ ਜੂਗੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਤੁਸੀਂ ਉਹਨਾਂ ਨੂੰ ਕਮ ਸੇ ਕਮ ਇਨਫਾਰਮ ਕਰੋ ਕਿ ਆਹ ਸੜਕ ਦੇ ਉੱਤੇ ਅੱਜ ਸਾਡਾ ਕੰਮ ਚੱਲਣਾ ਹੈ ਤੇ ਤੁਸੀਂ ਦੇਖ ਲਓ ਇਹਦਾ ਰੂਟ ਕਿੱਧਰ ਨੂੰ ਬਣਾਉਣਾ ਤਾਂ ਜੋ ਟ੍ਰੈਫਿਕ ਪੁਲਿਸ ਆਪਣਾ ਰੂਟ ਦੂਜੀ ਸੜਕ ਦੇ ਉੱਤੇ ਬਣਾਵੇ ਉੱਥੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਉੱਥੇ ਪਾਰਕਿੰਗ ਨਾ ਕੀਤੀ ਜਾਵੇ ਉਹ ਸੜਕਾਂ ਥੋੜੀਆਂ-ਥੋੜੀਆਂ ਖੁੱਲੀਆਂ ਛੱਡੀਆਂ ਜਾਣ ਤਾਂ ਜੋ ਸ਼ਹਿਰ ਦੀ ਆਵਾਜ਼ੇ ਚੱ ਟ੍ਰੈਫਿਕ ਦੇ ਨਾਲ ਇਹਨਾਂ ਦਾ ਤਾਲ ਮਿਲਣੀ ਕਿਤੇ ਵੀ ਟ੍ਰੈਫਿਕ ਨੂੰ ਇਹ ਇਨਫੋਰਮੇਸ਼ਨ ਨਹੀਂ ਦਿੰਦੇ ਔਰ ਦੂਜੀ ਚੀਜ਼ ਤੁਸੀਂ ਪ੍ਰੈਸ ਵਾਲੇ ਆਮ ਤੌਰ ਤੇ ਮਤਲਬ ਲੋਕਾਂ ਦੇ ਮੁੱਦੇ ਚੁੱਕਦੇ ਹੋ ਜਦੋਂ ਤੁਸੀਂ ਇਹੋ ਜਿਹਾ ਕੋਈ ਕੰਮ ਕਰਨਾ ਹੈ ਇਹਨਾਂ ਨੂੰ ਮੈਂ ਕਹਿ ਕੇ ਆਇਆ ਹਾਂ ਕਮਿਸ਼ਨਰ ਨੂੰ ਕਿ ਜਦੋਂ ਵੀ ਇਹੋ ਜਿਹਾ ਕੰਮ ਕਰਨਾ ਇੱਕ ਪਬਲਿਕ ਨੋਟਿਸ ਜਾਰੀ ਹੋਣਾ ਚਾਹੀਦਾ ਇੱਕ ਖਬਰ ਜਾਰੀ ਹੋਣੀ ਚਾਹੀਦੀ ਹੈ ਜਿਵੇਂ ਬਿਜਲੀ ਬੋਰਡ ਵਾਲੇ ਵੀ ਕਰਦੇ ਨੇ ਕਿ ਅੱਜ ਇਹਨਾਂ ਬਜ਼ਾਰਾਂ ਦੀ ਬੱਤੀ ਬੰਦ ਰਹੂਗੀ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਇਆ ਜਾਵੇ ਇਸ ਮੁਲਕ ਦੀ ਤਰਾਸਦੀ ਹੈ ਤੁਸੀਂ ਦੇਖਿਆ ਕਿ ਜਿਸ ਦਿਨ ਸੀਐਮ ਆਉਂਦਾ ਕਿਵੇਂ ਰੂਟ ਲੱਗਦਾ 에어ਪੋਰਟ ਤੋਂ ਲੈ ਕੇ ਜਿੱਥੇ ਜਿੱਥੇ ਨੰਗਣਾ ਜਦੋਂ ਗਵਰਨਰ ਆਉਂਦੇ ਨੇ ਕਿਵੇਂ ਰੂਟ ਲੱਗਦਾ ਤੇ ਇਸ ਦੇਸ਼ ਦੇ ਵਿੱਚ ਆਪਾਂ ਰੀਸਾਂ ਤੇ ਬਾਹਰਲੇ ਮੁਲਕਾਂ ਦੀਆਂ ਕਰਦੇ ਕਦੀ ਕਿਸੇ ਐਂਬੂਲੈਂਸ ਲਈ ਰੂਟ ਲੱਗਾ ਦੇਖਿਆ ਤੁਸੀਂ ਕਿ ਕਿਸੇ ਪੇਸ਼ੈਂਟ ਦੀ ਜਾਨ ਬਚਾਉਣੀ ਹੈ ਤੇ ਉਹਦੇ ਲਈ ਪੁਲਿਸ ਨੇ ਰੂਟ ਲਾਇਆ ਹੋਵੇ ਸੋ ਆਪਾਂ ਰੀਸਾਂ ਤੇ ਇਹ ਕਰਦੇ ਆਂ ਸੋ ਮੈਂ ਇਹਨਾਂ ਲੋਕਾਂ ਨੂੰ ਇਹ ਕਹਿਣ ਆਇਆ ਸੀਗਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੋ ਯਾਰ ਬੱਚੇ ਸਕੂਲ ਜਾਣ ਤੋਂ 2-2 ਘੰਟੇ ਲੇਟ ਹੋ ਰਹੇ ਨੇ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੈ ਤੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਐਂਬੂਲੈਂਸ ਤੱਕ ਫਸ ਜਾਂਦੀਆਂ ਨੇ ਲੋਕਾਂ ਨੌਕਰੀਆਂ ਤੇ ਜਾਣਾ ਉਹ ਘੰਟਾ ਘੰਟਾ ਪਹਿਲਾਂ ਨਿਕਲਦੇ ਨੇ ਟ੍ਰੈਫਿਕ ਕਰਕੇ ਕਿੰਨਾ ਜ਼ਿਆਦਾ ਹਰਜਾ ਹੋ ਰਿਹਾ ਸਕੂਲ ਬੱਸਸ ਕਈ ਗਰੀਬ ਲੋਕ ਜਿਹੜੇ ਕਮਾ ਕੇ ਖਾਂਦੇ ਨੇ ਸਕੂਲ ਬੱਸਸ ਆਟੋ ਕਿੰਨਾ ਕਿੰਨਾ ਉਹਨਾਂ ਦਾ ਤੇਲ ਖਪਤ ਜ਼ਿਆਦਾ ਹੋ ਰਿਹਾ ਕਿੰਨੀ ਕਿੰਨੀ ਉਹਨਾਂ ਦੇ ਜਿਹੜਾ ਟਾਈਮ ਜਿਹੜਾ ਉਹ ਜ਼ਿਆਦਾ ਜਾਇਆ ਹੋ ਰਿਹਾ ਵਾ ਇੰਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਔਰ ਸਾਡੇ ਦੇਸ਼ ਦਾ ਤੁਸੀਂ ਸਿਸਟਮ ਵੇਖੋ ਇੰਨੇ ਅਸੀਂ ਐਡਵਾਂਸ ਇੰਨੇ ਅਸੀਂ ਮਤਲਬ ਸਾਡੇ ਵਿੱਚ ਸੁਰੱਖਿਆ ਨਹੀਂ ਹੈਗੀ ਕਿ ਕੋਈ ਬੱਚੀ ਜਦੋਂ ਟ੍ਰੈਫਿਕ 'ਚ ਫਸ ਜਾਂਦੀ ਆ ਤੇ ਲੋਕ ਉਹਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਦੇ ਨੇ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਪਾਡੇ ਜਿੰਨੇ ਦਫਤਰ ਦੇ ਮੁਲਾਜ਼ਮ ਨੇ ਨਾ ਕਿਸੇ ਦੀ ਆਮੋਸ਼ਨ ਦੇ ਨਾਲ ਨਾ ਕਿਸੇ ਦੀ ਫੀਲਿੰਗ ਦੀ ਕਦਰ ਹੈ ਨਾ ਕਿਸੇ ਦੀ ਸਿਕਿਉਰਿਟੀ ਦੀ ਕਦਰ ਹੈ ਕਿ ਉਹ ਕਿੰਨਾ ਕੁ ਉਹਨਾਂ ਦਾ ਨੁਕਸਾਨ ਹੋ ਸਕਦਾ ਨਾ ਕਿਸੇ ਦੀ ਮਜਬੂਰੀ ਨੂੰ ਉਹ ਸਮਝਦੇ ਨੇ ਕਿਸੇ ਵੀ ਚੀਜ਼ ਦੀ ਉਹ ਪਰਵਾਹ ਨਹੀਂ ਕਰਦੇ ਸੋ ਅੱਜ ਜਿਹੜੇ ਉਪਰਾਲੇ ਇਹਨਾਂ ਵੱਲੋਂ ਕੀਤੇ ਜਾ ਸਕਦੇ ਆ ਉਹ ਮੈਂ ਅੱਜ ਇਹਨਾਂ ਨੂੰ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਉਪਰਾਲੇ ਜਿਹੜੇ ਉਹ ਜ਼ਰੂਰ ਕਰੇ ਔਰ ਕੁਝ ਐਗਜ਼ਾਮਪਲਾਂ ਜਿਹੜੀਆਂ ਮੈਂ ਤੁਹਾਨੂੰ ਦੇਣਾ ਚਾਹਣਾ ਸਵੇਰੇ ਮੈਂ ਦੇਖਿਆ ਆਮ ਤੌਰ ਤੇ ਉਹ ਕੁਇਨ ਜ਼ਰੋਡ ਦੇ ਉੱਤੇ ਇੱਕ 40 ਦੁਕਾਨਾਂ ਦੇ ਉੱਤੇ ਬਹੁਤ ਜ਼ਿਆਦਾ ਰੌਣਕ ਹੁੰਦਾ ਸਾਡੇ ਸ਼ਹਿਰ ਦੀ ਸ਼ਾਨ ਨੇ ਉੱਥੇ ਸ਼ਹਿਰ ਦੀ ਕਰੀਮ ਬੈਂਦੀ ਹੈ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਵੇਰੇ ਇੱਕ ਬੰਦੇ ਨੇ ਫੋਰਚੂਨਰ ਲਾਈ ਆ ਉੱਥੇ ਔਰ ਲੈਡੀ ਕਾਂਸਟੇਬਲ ਉਹਨੂੰ ਦਵਾਈ ਦੇ ਰਹੀ ਐ ਕੱਲੀ ਖਲੋਤੀ ਕਿ ਤੇਰੇ ਕਰਕੇ ਪਿੱਛੇ ਜਾਮ ਲੱਗਾ ਤੇ ਉਹ ਜਿਤ ਕੋ ਐਡੀ ਵੱਡੀ 50 ਲੱਖ ਦੀ ਗੱਡੀ ਉਹ ਕਾਂਸਟੇਬਲ ਨੂੰ ਫਿਰ ਕੀ ਸਮਝਦਾ ਐਨ ਕਾ ਉਹਨੇ ਸਵੇਰੇ ਸਵੇਰੇ 9 ਵਜੇ ਲਾਈਆਂ ਸੀਗੀਆਂ ਗੱਡੀ ਦੇ ਵਿੱਚ ਤੇ ਉਹਨੇ ਚਾਹ ਪੀਤੇ ਬਗੈਰ ਗੱਡੀ ਨਹੀਂ ਆਪਣੇ ਪਰੇ ਕੀਤੀ ਭਾਵੇਂ ਪਿੱਛੇ ਅੱਧਾ ਘੰਟਾ ਜਿਹੜਾ ਜਾਮ ਲੱਗਾ ਰਿਹਾ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਇਹ ਸਮਝਣੀ ਚਾਹੀਦੀ ਐ ਕਿ ਅਸੀਂ ਸਾਡੇ ਕਰਕੇ ਹੋਰ ਕਿੰਨਿਆਂ ਨੂੰ ਨੁਕਸਾਨ ਹੋ ਰਿਹਾ ਧਰਮ ਦੇ ਨਾਂ ਤੇ ਕਿੱਡਾ ਜਾਮ ਲੱਗਦਾ ਅੱਜ ਮੈਂ ਗੁਰਦੁਆਰਾ ਸ਼ਹੀਦਾਂ ਸਾਹਿਬ ਗਿਆ ਸੀਗਾ ਪਾਰਕਿੰਗ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਰਸਤਾ ਕਿੰਨਾ ਟਾਈਟ ਹੈ ਉੱਥੇ ਇੱਕ ਟਰੈਕਟਰ ਟਰਾਲੀ ਲੱਗੀ ਹੈ ਟਰੈਕਟਰ ਦੇ ਵਿੱਚ ਸਮਾਨ ਹੈ ਸ਼ਾਇਦ ਉਹਨੇ ਅੰਦਰ ਲੈ ਕੇ ਜਾਣਾ ਸੀਗਾ ਨਾ ਟਰੈਕਟਰ ਦੇ ਉੱਤੇ ਡਰਾਈਵਰ ਸੀਗਾ ਨਾ ਮਤਲਬ ਉੱਥੋਂ ਕੋਈ ਪਰੇ ਕਰਾਉਣ ਵਾਲਾ ਪੁਲਿਸ ਵਾਲਾ ਸੀਗਾ ਜਦੋਂ ਤੁਸੀਂ ਕਾਰ ਸੇਵਾ ਲਿਖ ਦਿੰਦੇ ਹੋ ਤੇ ਮੇਰਾ ਨਹੀਂ خیال ਕਿ ਇਹ ਵੱਡੇ ਤੋਂ ਵੱਡੇ ਪੁਲਿਸ ਵਾਲੇ ਦੀ ਵੀ ਹਿੰਮਤ ਹੈ ਕਿ ਆ ਵੀ ਤੁਹਾਨੂੰ ਆ ਕੇ ਕਹਿ ਦੇਵੇ ਦਬਕੇ ਦੇ ਨਾਲ ਵੀ ਪਰੇ ਕਰ ਲਓ ਸੋ ਇਹੋ ਜਿਹਾ ਸਿਸਟਮ ਤੇ ਸਾਰਿਆਂ ਨੂੰ ਸੁਧਾਰਨਾ ਪਊਗਾ ਨਾ ਕੱਲ ਮੇਰੇ ਜਦੋਂ ਧਿਆਨ ਚ ਆਇਆ ਸੀਗਾ ਮੈਂ ਹੁਣ ਛੋਟੀ ਜਿਹੀ ਤੁਹਾਡੇ ਲਈ ਇੱਕ ਮੈਸੇਜ ਦੇਣਾ ਚਾਹੁੰਦਾ ਧਾਰਮਿਕ ਆਗੂਆਂ ਨੂੰ ਵੀ ਸਵੇਰ ਤੱਕ ਟ੍ਰੈਫਿਕ ਦਾ ਸਿਸਟਮ ਬਹੁਤ ਵਧੀਆ ਚੱਲਿਆ ਸੀਗਾ ਸਵੇਰੇ ਇੱਕ 12 1 ਵਜੇ ਇੱਕ ਸ਼ੋਭਾ ਯਾਤਰਾ ਨਿਕਲਦੀ ਹੈ ਡੀਏਵੀ ਸਕੂਲ ਦੇ ਵੱਲੋਂ ਮੈਂ ਕਿਸੇ ਦੀ ਧਾਰਮਿਕ ਆਸਥਾ ਦੇ ਉੱਤੇ ਸਵਾਲ ਨਹੀਂ ਕਰਦਾ ਜਿੰਨਾਂ ਦੀ ਵੀ ਯਾਤਰਾ ਮੇਰੇ ਖਾਲੋ ਜਿਹੜੇ ਵੀ ਉਹਨਾਂ ਦੇ ਆਗੂ ਸੀਗੇ ਉਹਨਾਂ ਦੀ ਜਿਹੜੇ ਉਹਨਾਂ ਦੇ ਗੁਰੂ ਰਹੇ ਨੇ ਉਹਨਾਂ ਦੀ ਯਾਤਰਾ ਮੇਰਾ ਕੋਟੜ ਕੋਟ ਸੀਸ ਜਿਹੜਾ ਉਹਦੇ ਅੱਗੇ ਝੁਕਦਾ ਤਾਰੇ ਤੁਸੀਂ ਯਾਤਰਾ ਦੇ ਨਾਂ ਦੇ ਉੱਤੇ ਦੇਖੋ ਫਿਰ ਮੈਂ ਪੁਲਸ ਵਾਲਿਆਂ ਨੂੰ ਪੁੱਛਿਆ ਕਿ ਤੁਹਾਨੂੰ ਦੱਸਿਆ ਨਹੀਂ ਉਹ ਕਹਿੰਦੇ ਜੀ ਸਵੇਰੇ 9 ਤੋਂ 9:30 ਦਾ ਟਾਈਮ ਸੀਗਾ ਔਰ 1 ਵਜੇ ਕੱਢੀ ਗਈ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਗੱਡੀਆਂ ਘੱਟ ਕਰ ਲਓ ਕਿਉਂਕਿ ਸ਼ਹਿਰ ਬਹੁਤ ਜ਼ਿਆਦਾ ਜਿਹੜਾ ਜਾਮ ਹੋ ਜਾਣਾ ਵਾ ਪੀਕ ਟਾਈਮ ਸੀਗਾ ਛੁੱਟੀ ਦਾ ਮਤਲਬ ਜਦੋਂ ਯਾਤਰਾ ਕੱਢੀ ਗਈ ਹੈ ਇਹਨਾਂ ਚੀਜ਼ਾਂ ਦੇ ਉੱਤੇ ਵੀ ਲੋਕਾਂ ਨੂੰ ਸਾਰੇ ਧਾਰਮਿਕ ਕਾਗਾਂ ਨੂੰ ਸੋਚਣ ਵਿਚਾਰਨ ਦੀ ਲੋੜ ਹੈ ਨਗਰ ਕੀਰਤਨ ਜਦੋਂ ਮਰਜ਼ੀ ਆਪਾਂ ਮਤਲਬ ਕੱਢ ਲੈਨੇ ਆ ਕੀਰਤਨ ਦਰਬਾਰ ਸੜਕ ਦੇ ਵਿੱਚ ਕਰਦੇ ਆ ਜਿੱਦ ਦੇ ਨਾਲ ਆਪਾਂ ਜਦੋਂ ਮਰਜੀ ਕੋਈ ਸ਼ੋਭਾ ਯਾਤਰਾ ਕੋਈ ਹਿੰਦੂ ਧਰਮ ਕੋ ਕ੍ਰਿਸਚੀਅਨ ਧਰਮ ਕਿਸੇ ਨੇ ਵੀ ਕੱਢਣੀ ਹੈ ਕੋਈ ਰੋਕਣ ਦੀ ਉਹਨਾਂ ਨੂੰ ਹਿੰਮਤ ਨਹੀਂ ਕਰਦਾ ਤੇ ਨਾ ਹੀ ਉਹ ਆਪਣੇ ਆਪ ਦੇ ਵਿੱਚ ਵਿਚਾਰ ਕਰਦੇ ਨੇ ਮੇਰਾ ਇੱਕ ਉਹਨਾਂ ਨੂੰ ਮੈਸੇਜ ਹੈ ਕਿ ਜਦੋਂ ਯਾਤਰਾ ਤੇ ਜਲੂਸ ਅਸੀਂ ਵੀ ਛੋਟੇ ਛੋਟੇ ਹੁੰਦੇ ਸੀਗੇ ਤੁਸੀਂ ਵੀ ਹੋਗੇ ਸਕੂਲਾਂ ਦੇ ਵਿੱਚ ਜਦੋਂ ਸਾਨੂੰ ਲੈ ਕੇ ਜਾਂਦੇ ਸੀ ਨਗਰ ਕੀਰਤਨ ਬੱਚੇ ਤਾਂ ਛੋਟੇ ਹੁੰਦੇ ਆ ਜਲੂਸ ਹੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਵੀ ਜਲੂਸ 'ਚ ਜਾਣਾ ਜਦੋਂ ਜਾਣਾ ਹੁੰਦਾ ਸੀ ਉਦੋਂ ਵਹੀਕਲ ਘੱਟ ਹੁੰਦੇ ਸੀਗੇ ਉਦੋਂ ਟ੍ਰੈਫਿਕ ਦਾ ਲੋਡ ਘੱਟ ਹੁੰਦਾ ਸੀਗਾ ਉਸ ਕਰਕੇ ਉਦੋਂ ਇਹਨਾਂ ਨੂੰ ਦੁੱਖ ਨਹੀਂ ਸੀ ਦਿੰਦੇ ਇੰਨੀ ਜ਼ਿਆ ਕਿ ਜੇ ਤੁਸੀਂ ਦਿਖਾਉਣਾ ਹੀ ਆ ਲੋਕਾਂ ਨੂੰ ਆਪਣਾ ਪ੍ਰਚਾਰ ਕਰਨਾ ਧਰਮ ਦਾ ਤੇ ਅੱਜ ਤੇ ਤੁਹਾਡੇ ਕੋਲ ਆ ਸਾਰੇ ਸਾਧਨ ਨੇ ਆ ਸਾਰਾ ਸੋਸ਼ਲ ਮੀਡੀਆ ਆ ਤੁਸੀਂ ਜਿਵੇਂ ਮਰਜ਼ੀ ਪ੍ਰਚਾਰ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਯਾਰ ਲੋਕਾਂ ਨੂੰ ਤੰਗ ਕਰਕੇ ਲੋਕਾਂ ਨੂੰ ਮਤਲਬ ਇਸ ਤਰੀਕੇ ਪ੍ਰਚਾਰ ਕੀਤਾ ਜਾਵੇ ਮੈਂ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਕੂਲ ਤੋਂ ਬੱਚੇ ਨੂੰ ਐਟੀਕੇਟਸ ਆਉਂਦੇ ਨੇ ਵੀ ਉਹਨੇ ਕਰਨਾ ਕੀ ਹੈ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਵੀ ਇਹ ਟ੍ਰੈਫਿਕ ਦੇ ਨਾਲ ਉਹਨੂੰ ਮਤਲਬ ਇਹ ਆਦਤਾਂ ਨਹੀਂ ਪਾਓਗੇ ਸਧਾਰਨ ਦੀਆਂ ਤੇ ਅੱਜ ਤੁਸੀਂ ਸ਼ਹਿਰ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਲੱਖ ਦੇ ਕਰੀਬ ਇੱਥੇ ਟੂਰਿਸਟ ਆਉਂਦਾ ਜਿਹਦੇ ਵਿੱਚੋਂ ਕੁਝ ਸ਼ਰਧਾਲੂ ਹੁੰਦੇ ਨੇ ਹਰਮੰਦਰ ਸਾਹਿਬ ਦੇ ਕੁਝ ਵੈਸੇ ਯਾਤਰੂ ਆਉਂਦੇ ਨੇ ਆਪਣਾ ਕਾਰੋਬਾਰ ਕਰਨ ਲਈ ਕਿੰਨੀਆਂ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਨੇ 50000 ਦੇ ਕਰੀਬ ਜਿਹੜਾ ਵਾਗਾ ਬਾਰਡਰ ਦੇ ਉੱਤੇ ਬੰਦਾ ਜਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਤੁਹਾਨੂੰ ਗੁਰੂ ਮਹਾਰਾਜ ਨੇ ਦੇਣ ਦਿੱਤੀ ਹੈ ਤੁਹਾਡੀ ਹਿਸਟੋਰੀਕਲ ਮਤਲਬ ਸਿਟੀ ਹੈ ਇਹਨੂੰ ਮਤਲਬ ਏਡੀ ਧਾਰਮਿਕ ਸਿਟੀ ਹੈ ਅੱਜ ਤੇ ਹਰਮੰਦਰ ਸਾਹਿਬ ਹੈ ਦਰਗਾਣਾ ਮੰਦਰ ਹੈ RAM ਤੀਰਥ ਹੈ ਜੱਲੇਆਲਾ ਬਾਗ ਹੈ ਵਾਗਾ ਬਾਰਡਰ ਹੈ ਸਾਡੇ ਜੇ ਕੁਦਰਤ ਨੇ ਜੇ ਪੁਰਾਣੇ ਸਮਿਆਂ ਨੇ ਤੁਹਾਨੂੰ ਇਹ ਦੇਣ ਦਿੱਤੀ ਹੈ ਤੇ ਇਹਦੀ ਕਦਰ ਕਰਨੀ ਵੀ ਸਿੱਖੋ ਇੱਥੇ ਆਉਣ ਵਾਲਿਆਂ ਦੀ ਕਦਰ ਕਰਨੀ ਵੀ ਸਿੱਖੋ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਤਾਨੂੰ ਇਹ ਨਜ਼ਰਸਾਨੀ ਕਰਨੀ ਚਾਹੀਦੀ ਆ ਉਸ ਤੋਂ ਅਲੱਗਾ ਜਿਹੜੀ ਗੱਲ ਮੈਂ ਕਮਿਸ਼ਨਰ ਨੂੰ ਕਹੀ ਆ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਦੇਖੋ ਮੈਂ ਕਦੀ ਵੀ ਕਿਸੇ ਬਹੁਤਾ ਕੰਸਟਰਕਸ਼ਨ ਦੇ ਖਿਲਾਫ ਨਹੀਂ ਬੋਲਦਾ ਕਿ ਜਿਹਦਾ ਪਲਾਟ ਹੈ ਉਹਨੇ ਬਣਾਉਣਾ ਹੀ ਬਣਾਉਣਾ ਨਾ ਮੈਂ ਕਿਸੇ ਨੂੰ ਪਿੰਨ ਪੁਆਇੰਟ ਕਰਦਾ ਬਹੁਤ ਸਾਰੀਆਂ ਇਮਾਰਤਾਂ ਆ ਰਣਜੀਤ ਐਵੇਨਿਊ ਬਣੀ ਆ ਤਿੰਨ ਤਿੰਨ ਮੰਜ਼ਲਾ ਪਾਸ ਸੀਗੀਆਂ 8 8 10 10 ਮੰਜ਼ਲਾ ਜਿਹੜੀਆਂ ਬਣਾ ਦਿੱਤੀਆਂ ਗਈਆਂ ਜੋ ਕਮਿਸ਼ਨਰ ਰੇਂਦਰ ਵੀ ਕਿਹਾ ਕਿ ਜਦੋਂ ਬਣਾਇਆ ਜਾਂਦਾ ਲੇਆਉਟ ਥੱਲੇ ਜਿਹੜਾ ਸਿਸਟਮ ਸੀਵਰ ਸਿਸਟਮ ਸੜਕਾਂ ਦਾ ਸਿਸਟਮ, ਵਾਟਰ ਸਪਲਾਈ ਸਿਸਟਮ, ਪਾਰਕਿੰਗ ਉਹ ਉਨੇ ਦਾ ਹੀ ਕੀਤਾ ਜਾਂਦਾ ਕਿ ਜਿੰਨੀ ਇੱਥੇ ਉਹ ਸਾਰੀ ਹੋਣੀ ਹੈ ਉਸ ਤੋਂ ਬਾਅਦ ਆ ਲੋਕ ਮਨਮਰਜ਼ੀਆਂ ਕਰਦੇ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਜੇ ਕੋਈ ਬਦਲਾਵ ਆਇਆ ਤੇ ਬਦਲਾਵ ਆਉਣਾ ਵੀ ਬੜਾ ਜ਼ਿਆਦਾ ਜ਼ਰੂਰੀ ਹੈ। ਕਈ ਬਿਲਡਰਸ ਜਿਨ੍ਹਾਂ ਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਮਤਲਬ ਆਪਣੀ ਮਰਜ਼ੀ ਦੇ ਨਾਲ ਮੰਤਰੀਆਂ ਨਾਲ ਗਾਹਣ ਸਾਣ ਸੀਗੀ ਤੇ ਉਹ ਲੋਕਾਂ ਨੂੰ ਕਹਿੰਦੇ ਸੀ ਤੇਰੇ ਕੋ 100 ਰੁਪਏ ਵੱਧ ਲਵਾਂਗੇ ਫੋਟ ਦਾ ਜੋ ਮਰਜ਼ੀ ਕਰੀ ਜਾ। ਉਹਨਾਂ ਦੇ ਉੱਤੇ ਵੀ ਕੋਈ ਵਿਜੀਲੈਂਸ ਨੂੰ ਜਾਂਚ ਕਰਨੀ ਚਾਹੀਦੀ ਹੈ ਉਹਨਾਂ ਦੇ ਬੈਂਕ ਅਕਾਊਂਟ ਦੇਖ ਲੈਣੇ ਚਾਹੀਦੇ ਨੇ ਕਿ ਕਿਹੜੀ ਕਿਹੜੀ ਬਿਲਡਿੰਗ ਉਹਨਾਂ ਨੇ ਬਣਾਈ ਆ ਉਹਨਾਂ ਦੇ ਉੱਤੇ ਰਿਕਵਰੀ ਪੈਣੀ ਚਾਹੀਦੀ ਆ ਯਾਰ ਕਿ ਤੁਸੀਂ ਲੋਕਾਂ ਨੇ ਅੱਜ ਸਾਰੇ ਸ਼ਹਿਰ ਦਾ ਜਿਹੜਾ ਸਿਸਟਮ ਦਾ ਬੇੜਾਗਰ ਕਰਕੇ ਰੱਖ ਦਿੱਤਾ ਸੋ ਇਹ ਸੁਜੈਸ਼ਨ ਤੇ ਇਹ ਪੰਜਾਬੀ ਚ ਕਹਿ ਲਵਾਂ ਇਹ ਤਾੜਨਾ ਸੀਗੀ ਜਿਹੜੀ ਮੈਂ ਮਤਲਬ ਇਹ ਕਰਨਾ ਆ ਕਿ ਕੁਝ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਨਹੀਂ ਉਹਨੂੰ ਇਕੱਲਾ ਪੁਲਿਸ ਨਹੀਂ ਸੁਧਾਰ ਸਕਦੀ ਜਿਹੜੀ ਪਿੱਛੇ ਜੜ ਹੈ ਮੈਂ ਆਮ ਤੌਰ ਤੇ ਇੱਕ ਗੱਲ ਕਹਿਣਾ ਨਾ ਕਿ ਜਿਹੜੀ ਪਿੱਛੇ ਜੜ ਹੈ ਇੱਕ ਥਾਂ ਦੇ ਉੱਤੇ ਕੁੱਤਾ ਤੇ ਸ਼ੇਰ ਬੈਠੇ ਤੇ ਕੁੱਤਾ ਪੰਜਿਆਂ ਦੇ ਨਾਲ ਤੁਹਾਡੀ ਡਾਂਗ ਫੜਦਾ ਉਹ ਡਾਂਗ ਤੁਸੀਂ ਸ਼ੇਰ ਨੂੰ ਮਾਰੋ ਤੇ ਉਹ ਡਾਂਗ ਨਹੀਂ ਫੜਦਾ ਜਿਹੜਾ ਪਿੱਛੇ ਮਾਰਨ ਦੇ ਹੁੰਦਾ ਉਹਦਾ ਕੰਮ ਖਤਮ ਕਰ ਦਿੰਦਾ ਉਹਨੂੰ ਪਤਾ ਕਿ ਸਮੱਸਿਆ ਕਿੱਥੋਂ ਆ ਰਹੀ ਹੈ ਕੱਲੀਆਂ ਪੁਲਿਸ ਨੂੰ ਗਾਲਾਂ ਕੱਢੀ ਜਾਈਏ ਕੱਲਾ ਸਿਸਟਮ ਦੀ ਜੜ ਤੇ ਤੁਸੀਂ ਮਤਲਬ ਤੁਹਾਡਾ ਇੱਕ ਇੱਕ ਬੰਦਾ ਯਾਰ ਸਾਰਾ ਸ਼ਹਿਰ ਚੋਕ ਕਰਕੇ ਰੱਖ ਦਿੰਦਾ ਸੋ ਇਸ ਸਬੰਧ ਦੇ ਵਿੱਚ ਅੱਜ ਜਿਹੜਾ ਇੱਥੇ ਆਏ ਸੀਗੇ ਔਰ ਉਹਨਾਂ ਨੇ ਵੀ ਭਰੋਸਾ ਦਿੱਤਾ ਔਰ ਮੈਂ ਉਹਨਾਂ ਨੂੰ ਕਿਹਾ ਕਿ ਲਿਖਤੀ ਤੁਹਾਡੇ ਵੱਲੋਂ ਇੱਕ ਨੋਟਿਸ ਜਾਰੀ ਹੋਣਾ ਚਾਹੀਦਾ ਆਪਣੇ ਡਿਪਾਰਟਮੈਂਟ ਦੇ ਵਿੱਚ ਕਿ ਕੋਈ ਵੀ ਕੰਮ ਕਰਨਾ ਸ਼ਹਿਰ ਦੀ ਉਸਾਰੀ ਵਾਸਤੇ ਸ਼ਹਿਰ ਦੀ ਡਵੈਲਪਮੈਂਟ ਵਾਸਤੇ ਉਹਦੇ ਬਾਰੇ ਬਕਾਇਦਾ ਇੱਕ ਟ੍ਰੈਫਿਕ ਪੁਲਿਸ ਨੂੰ ਆਪਸੀ ਤੁਹਾਡਾ ਤਾਲਮੇਲ ਹੋਣਾ ਚਾਹੀਦਾ ਔਰ ਸ਼ਹਿਰ ਵਾਸੀਆਂ ਨੂੰ ਇਹ ਇਨਫੋਰਮ ਕਰਨਾ ਚਾਹੀਦਾ ਲੋਕੀ ਘਰੋਂ ਨਿਕਲਦੇ ਨੇ ਕੋ ਵਿਆਹ ਸ਼ਾਦੀ ਸਕੂਲ ਜਾਣ ਲਈ ਬੱਚੇ ਤੇ ਅੱਗੇ ਜਾ ਕੇ ਪਤਾ ਲੱਗਦਾ ਜੀ 2-2 ਘੰਟੇ ਜਾਮ ਲਾਹਨਤ ਹੈ ਇਹੋ ਜੇ ਸਿਸਟਮ ਦੇ ਉੱਤੇ ਇਸ ਸਬੰਧ ਦੇ ਵਿੱਚ ਅੱਜ ਮੈਂ ਕਾਰਪੋਰੇਸ਼ਨ ਚ ਆਇਆ ਸੀ ਕੀਤੀਆਂ ਜੈਨੂਨ ਗੱਲ ਕੀਤੀ ਹੈ ਤੁਸੀਂ ਜਿਹੜੀ ਕਿ ਜਿਹੜੀ ਜਿਵੇਂ ਸਿਵਲ ਦੇ ਕੰਮ ਹੁੰਦੇ ਸਾਡੇ ਨੋ ਡਾਊਟ ਐਸ ਵੇਲੇ ਜਿਹੜਾ ਹੈਗਾ ਤੁਹਾਡਾ ਜਿਹੜਾ ਟੈਂਪਰੇਚਰਸ ਨੇ ਉਹ ਬੜੇ ਲੋ ਨੇ ਰਾਤ ਨੂੰ ਕੰਮ ਕਰਨਾ ਔਖਾ ਪਰ ਦਿਨ ਨੂੰ ਜੇਕਰ ਕੰਮ ਕਰਨਾ ਤਾਂ ਉਹਦੀ ਪ੍ਰੋਪਰ ਟ੍ਰੈਫਿਕ ਪਲੈਨਿੰਗ ਹੋਣੀ ਚਾਹੀਦੀ ਆ ਟ੍ਰੈਫਿਕ ਪੁਲਿਸ ਦੇ ਨਾਲ ਪਹਿਲਾਂ ਕੋਆਰਡੀਨੇਸ਼ਨ ਦੇ ਵਿੱਚ ਕਿ ਆਹ ਰੋਡ ਜੇ ਬੰਦ ਕੀਤੀ ਜਾਣੀ ਆ ਤੇ ਉਸ ਰੋਡ ਦੇ ਬਦਲੇ ਟ੍ਰੈਫਿਕ ਕਿੱਧਰ ਨੂੰ ਡਿਵਰਟ ਕੀਤਾ ਜਾਣਾ ਇੱਕ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਇਨਸਟੈਡ ਉਹਦੇ ਕਿ ਇਕਦਮ ਹੀ ਟ੍ਰੈਫਿਕ ਸਟਾਪ ਕਰਦੀਏ ਔਰ ਲੋਕਾਂ ਕੋਲ ਮਤਲਬ ਕੋਈ ਆਪਸ਼ਨ ਹੀ ਨਾ ਹੋਵੇ ਕਿ ਕਿਸੇ ਪਾਸੇ ਕਿੱਧਰ ਜਾਣਾ ਵਾ ਉਦੋਂ ਕਰਨ ਕੱਲ ਕੱਲ ਜਿਹੜਾ ਜਾਮ ਹੈ ਟ੍ਰੈਫਿਕ ਜਾਮ ਬਹੁਤ ਲੰਬਾ ਟ੍ਰੈਫਿਕ ਜਾਮ ਲੱਗਿਆ ਉਹ ਸਾਨੂੰ ਸਾਰੇ ਪਾਸਿਓਂ ਵੀ ਪਤਾ ਲੱਗਿਆ ਟ੍ਰੈਫਿਕ ਪੁਲਿਸ ਨੇ ਵੀ ਦੱਸਿਆ ਸੋ ਅਸੀਂ ਆਪਣੇ ਜਿਹੜੀਆਂ ਏਜੰਸੀਜ਼ ਹੈਗੀਆਂ ਔਰ ਆਪਣੇ ਇੰਜੀਨੀਅਰਸ ਦੇ ਉਹਨਾਂ ਨੂੰ ਕਲ ਸਟ੍ਰਿਕਟ ਇਨਸਟ੍ਰਕਸ਼ਨ ਰਾਤ ਨੂੰ ਦੇਤੀਆਂ ਸੀ ਕਿ ਇਹੋ ਜੀ ਜਿਹੜੀ ਹੈ ਹਾਲਤ ਜਿਹੜੀ ਉਹ ਦੁਬਾਰਾ ਅਸੀਂ ਕ੍ਰੀਏਟ ਨਹੀਂ ਕਰਨੀ ਇਹਦੇ ਵਿੱਚ ਪ੍ਰੋਪਰ ਪਲੈਨਿੰਗ ਦੇ ਨਾਲ ਟ੍ਰੈਫਿਕ ਦੇ ਨਾਲ ਪਲੈਨਿੰਗ ਕਰਕੇ ਵੀ ਅਸੀਂ ਅੱਜ ਆਹ ਰੂਟ ਜਿਹੜਾ ਦੇਖੋ ਪੂਰੀ ਜਿਹੜੀ ਪੂਰਾ ਦਾ ਪੂਰਾ ਜੇ ਕਿਸੇ ਰੋਡ ਨੂੰ ਬੰਦ ਕਰਦੀ ਉਹਦੇ ਬਜਾਏ ਇੱਕ ਸਾਈਡ ਬੰਦ ਹੋ ਸਕਦੀ ਆ ਕੱਲ ਇਹਨਾਂ ਨੇ ਦੋਵੇਂ ਸਾਈਡਾਂ ਬੰਦ ਕੀਤੀਆਂ ਔਰ ਪੂਰਾ ਜਿਹੜਾ ਐਲੀਵੇਟਰ ਰੋਡ ਆ ਬੰਦ ਹੋਇਆ ਉਹਦੇ ਕਰਕੇ ਸਾਰੇ ਸ਼ਹਿਰ ਦੇ ਵਿੱਚ ਜਾਮ ਹੋਇਆ ਵਾਕਿਆਈ ਉਹਦੇ ਲਈ ਮੈਂ ਬਤੌਰ ਕਮਿਸ਼ਨਰ ਕਿਉਂਕਿ ਕੰਮ ਮੇਰੇ ਡਿਪਾਰਟਮੈਂਟ ਨੇ ਕੀਤਾ ਤਾਂ ਮੈਂ ਉਹਦੇ ਲਈ ਸਾਰੇ ਸ਼ਹਿਰ ਵਾਸੀਆਂ ਤੋਂ ਖੁਦੋ ਖਿਮਾਦਾ ਚਾਹਚੀਆਂ ਪਰ ਅੱਗੇ ਤੋਂ ਅਸੀਂ ਇਹ ਚੀਜ਼ ਦਾ ਧਿਆਨ ਰੱਖਾਂਗੇ ਕਿ ਇਹੋ ਜੀ ਸਿਚੁਏਸ਼ਨ ਦੁਬਾਰਾ ਨਾ ਪੈਦਾ ਹੋਵੇ ਔਰ ਪ੍ਰੋਪਰ ਪਲੈਨਿੰਗ ਦੇ ਨਾਲ ਟ੍ਰੈਫਿਕ ਦੇ ਨਾਲ ਕੋਆਰਡੀਨੇਸ਼ਨ ਜਿਵੇਂ ਕਿ ਆ ਕਿ ਪਰਮਿਸ਼ਨ ਦੀ ਜਰੂਰਤ ਨਹੀਂ ਪਰ ਕੋਆਰਡੀਨੇਸ਼ਨ ਦੀ ਜਰੂਰਤ ਹੈ ਕੋਆਰਡੀਨੇਸ਼ਨ ਮਿਸਿੰਗ ਸੀ ਕੱਲ ਉਹ ਡੈਫੀਨਿਟਲੀ ਅਸੀਂ ਅੱਗੇ ਤੋਂ ਇਹੋ ਜਿਹਾ ਪੋਸੀਬਲ ਨਹੀਂ ਹੋਣ ਦੇਵਾਂਗੇ ਦੂਜਾ ਜਿਹੜੇ ਕੰਮ ਜਿਸ ਤਰ੍ਹਾਂ ਜਿਹੜੇ ਦਿਨ ਦੇ ਵੇਲੇ ਕੋਈ ਅਸੀਂ ਚੱਲਦੇ ਹੋਏ ਬਾਜ਼ਾਰਾਂ ਦੇ ਵਿੱਚ ਕੋਈ ਸੀਵਰ ਦੀ ਰਿਪੇਅਰ ਹੈ ਜਿੱਥੇ ਐਮਰਜੈਂਸੀ ਹੈ ਉੱਥੇ ਤਾਂ ਜਰੂਰ ਅਸੀਂ ਐਮਰਜੈਂਸੀ ਦੇ ਟਾਈਮ ਤੇ ਕਰਦੇ ਆਂ ਪਰ ਜਿੱਥੇ ਪੋਸੀਬਲ ਹੈ ਸਾਡੇ ਕੋਲ ਆਪਸ਼ਨਲ ਚੀਜ਼ ਹੈਗੀ ਉੱਥੇ ਅਸੀਂ ਰਾਤ ਨੂੰ ਵੀ ਇਹ ਕੰਮ ਕਰ ਸਕਦੇ ਹੋ ਉਹ ਅਸੀਂ ਆਪਣੇ ਜਿਹੜੇ ਠੇਕੇਦਾਰ ਉਹਨਾਂ ਦੀ ਕੈਪੈਸਿਟੀਆਂ ਜਿਹੜੀਆਂ ਉਹਨਾਂ ਨੂੰ ਇੰਕਰੀਜ਼ ਕਰਾਂਗੇ ਤਾਂ ਕਿ ਉਹ ਰਾਤ ਨੂੰ ਕੰਮ ਕਰਨ ਦੇ ਵੀ ਕਾਬਿਲ ਹੋਣ ਤਾਂ ਕਿ ਮਿਨਿਮਮ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਜਿਹੜੀ ਹੋ ਮਿਨਿਮਮ ਹੋਵੇ ਇਹ ਦੋ ਚੀਜ਼ਾਂ ਬਾਕੀ ਸ਼ੋਭਾ ਯਾਤਰਾ ਬਾਰੇ ਇਸ ਸੰਬੰਧ ਵਿੱਚ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨਾਲ ਔਰ ਮਾਨਯੋਗ ਕਮਿਸ਼ਨਰ ਪੁਲਿਸ ਦੇ ਨਾਲ ਅਸੀਂ ਜੁਆਇੰਟਲੀ ਮੀਟਿੰਗ ਕਰਕੇ ਉਹਦਾ ਵੀ ਇੱਕ ਕਰਨਾ ਬਣਦਾ ਹੈ ਕਿਉਂਕਿ ਜਦੋਂ ਵੀ ਕੋਈ ਇਹੋ ਜਿਹੀ ਯਾਤਰਾ ਨਿਕਲਦੀ ਹੈ ਚਾਹੇ ਕਿ ਧਾਰਮਿਕ ਸੰਸਥਾ ਦੀ ਚਾਹੇ ਕਿ ਸੋਸ਼ਲ ਸੰਸਥਾ ਦੀ ਹੈ ਜਦ ਇਦੀ ਵੱਡੀ ਗਿਣਤੀ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਰੋਡ ਤੇ ਨਿਕਲਦੀਆਂ ਨੇ ਉਹਦੇ ਨਾਲ ਟ੍ਰੈਫਿਕ ਦੀ ਮੂਵਮੈਂਟ ਜਿਹੜੀ ਉਹ ਤਕਰੀਬਨ ਸਾਰੀ ਹੀ ਖਤਮ ਹੋ ਜਾਂਦੀ ਹੈ ਔਰ ਉਹਦੇ ਨਾਲ ਅਗੇਨ ਜਿਸ ਤਰ੍ਹਾਂ ਸਾਡੀ ਕੱਲ ਸਿਚੁਏਸ਼ਨ ਪੈਦਾ ਹੋਈ ਉਸੇ ਤਰੀਕੇ ਨਾਲ ਦੋ ਤਿੰਨ ਚਾਰ ਚਾਰ ਕੰਟੇ ਲੰਬੇ ਜਾਮ ਲੜੇ ਉਹ ਲੱਗਦੇ ਨੇ ਸੋ ਉਹਦੇ ਉਹਦਾ ਹੱਲ ਵੀ ਜਿਹੜਾ ਉਹ ਅਸੀਂ ਸਾਰੇ ਜਿਹੜੀ ਸਾਡੇ ਉੱਚ ਆਫਸਰਸ ਨੇ ਸਾਰੇ ਕਮਿਸ਼ਨਰ ਪੁਲਿਸ ਨੇ ਔਰ ਟ੍ਰੈਫਿਕ ਦਾ ਸਾਰਾ ਉਹ ਇੰਤਜ਼ਾਮ ਦੇਖਦੇ ਨੇ ਔਰ ਡੀਸੀ ਸਾਹਿਬ ਉਹਨਾਂ ਨਾਲ ਅਸੀਂ ਬੈਠ ਕੇ ਉਹਦਾ ਵੀ ਅਸੀਂ ਇੱਕ ਵਿਆਊਟ ਕੱਢਦੇ ਆਂ ਉਹਦੇ ਵਿੱਚ ਤੁਹਾਡੇ ਸੁਝਾਅ ਜਿਹੜੇ ਮੀਡੀਆ ਦੇ ਸੁਝਾਅ ਮੰਨਾਂ ਜੀ ਹੈ ਇਹ ਚੰਗੇ ਸੁਝਾਅ ਦਿੱਤੇ ਆ ਸੋ ਹੋਰ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਸੁਝਾਅ ਲੈ ਕੇ ਅਸੀਂ ਕੁਛ ਨਾ ਕੁਛ ਉਹਦਾ ਜਿਹੜਾ ਵਾ ਉਹ ਤਾਲਮੇਲ ਬਣਾਵਾਂਗੇ ਬਾਕੀ ਜੀ 20 ਦੇ ਨਾਂ ਤੇ ਠੀਕ ਆ ਅਸੀਂ ਸਪੀਡ ਨਾਲ ਕੰਮ ਕਰਨਾ ਹੈ ਟਾਈਮ ਵੀ ਘਟ ਹੈ ਲੇਕਿਨ ਇਹ ਕਿ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਰੁਟੀਨ ਚ ਹੋਣ ਵਾਲੀਆਂ ਚੀਜ਼ਾਂ ਨੇ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੇਜ਼ੀ ਦੇ ਨਾਲ ਨਾ ਕੋਈ ਕੁਆਲਿਟੀ ਤੇ ਕੰਪਰੋਮਾਈਜ਼ ਨਾ ਹੋਵੇ ਦੂਸਰਾ ਲੋਕਾਂ ਨੂੰ ਇਨਕਨਵੀਨੀਅੰਸ ਘੱਟ ਤੋਂ ਘੱਟ ਜਿਹੜੀ ਉਹ ਹੋਵੇ ਉਹ ਅਸੀਂ ਜ਼ਰੂਰ ਇਨਸ਼ੋਰ ਕਰਾਂਗੇ ਦੂਜੀ ਚੀਜ਼ ਮੈਂ ਸਰ ਜਿਹੜੀ ਹੈ ਉਹ ਇਲੀਗਲ ਬਿਲਡਿੰਗਸ ਦੀ ਮਸ਼ਰੂਮਿੰਗ ਹੋਈ ਹੈ ਪ੍ਰੋਪਰ ਸਾਡੇ ਬਾਈਲॉज ਬਣੇ ਹੋਏ ਨੇ ਉਹਨਾਂ ਬਾਈਲॉज ਦੀ ਇਨਫੋਰਸਮੈਂਟ ਸਾਡਾ ਮੁੱਖ ਜਿਹੜਾ ਪਰਪਸ ਹੈ ਔਰ ਅਸੀਂ ਸਮੇਂ-ਸਮੇਂ ਸਰ ਜਿਹੜੀਆਂ ਇਲੀਗਲ ਬਿਲਡਿੰਗਸ ਬਣਦੀਆਂ ਉਹਨਾਂ ਤੇ ਕਾਰਵਾਈ ਕਰਦੇ ਆ ਬਿਲਕੁਲ ਠੀਕ ਗੱਲ ਹੈ ਕਿ ਜਦੋਂ ਜਿਹੜਾ ਇਨਫਰਾਸਟ੍ਰਕਚਰ ਹੁੰਦਾ ਹੈ ਚਾਹੇ ਉਹ ਸੀਵਰੇਜ ਹੈ ਜਾਂ ਵਾਟਰ ਸਪਲਾਈ ਹੈ ਉਹ ਇੱਕ ਪਲੈਨਿੰਗ ਨਾਲ ਬਣਦਾ ਇੱਕ ਜੇ ਬਿਲਡਿੰਗ ਜਿੱਥੇ ਕਿਤੇ ਚਾਰ ਮੰਜ਼ਲਾ ਲਾਊਡ ਹੈਗੀ ਹੈ ਉੱਥੇ ਜੇ ਸੱਤ ਮੰਜ਼ਲਾ ਬਿਲਡਿੰਗ ਬਣ ਜੂਗੀ ਤਾਂ ਨੇਚਰਲੀ ਜਿਹੜਾ ਸਿਸਟਮ ਹੈ ਉਹ ਚਰਮਰਾਏਗਾ ਸੋ ਸਾਡਾ ਡਿਪਾਰਟਮੈਂਟ ਜਿਹੜਾ ਹੈ ਟਾਊਨ ਪਲੈਨਿੰਗ ਡਿਪਾਰਟਮੈਂਟ ਉਹਨੂੰ ਥੋੜਾ ਹੋਰ ਅਸੀਂ ਸ਼ਕਤੀ ਦੇ ਵਾਲੇ ਮੋੜ 'ਚ ਲਾਉਣ ਦੀ ਜਿਹੜੀ ਉਹ ਐਫਰਟ ਕਰ ਰਹੇ ਆ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਸਰਕਾਰ ਦੀਆਂ ਬਣਾਏ ਹੋਏ ਬਾਈਲॉज ਔਰ ਬਿਲਡਿੰਗ ਬਾਈਲॉज ਜਾਂ ਕਾਨੂੰਨ ਜਿਹੜੀ ਉਹਦੀ ਲੰਘਣਾ ਨਾ ਕਰੇ ਔਰ ਐਗਜ਼ੈਂਪਲਰੀ ਜਿਹੜੀ ਆ ਉਹਨਾਂ ਨੂੰ ਜੇ ਕੋਈ ਗਲਤ ਕਰੇ ਐਗਜ਼ੈਂਪਲਰੀ ਉਹਦੇ ਨਾਲ ਪਨਿਸ਼ਮੈਂਟ ਹੋਵੇ ਉਹਦੀ ਬਿਲਡਿੰਗ ਦੀ ਡੈਮੋਲੀਸ਼ਨ ਜਾਂ ਉਹਦਾ ਸੀਲਿੰਗ ਜਿਹੜੀਆਂ ਨਾ ਉਹ ਸਾਰੀਆਂ ਇਫੈਕਟਿਵਲੀ ਕਰੀਏ ਤਾਂ ਕਿ ਅਸੀਂ ਜਿਹੜਾ ਲੋਕਾਂ ਲਈ ਐਗਜ਼ੈਂਪਲ ਸੈੱਟ ਕਰ ਸਕੀਏ ਕਿ ਜੋ ਹਰ ਕੋਈ ਬੰਦਾ ਫਿਰ ਆਪਣੇ ਆਪ ਹੀ ਜਿਹੜਾ ਰੂਲ ਆਫ ਲਾ ਦੀ ਜਿਹੜੀ ਉਹ ਪਾਲਣਾ ਕਰੇ ਇਸ ਅਸੀਂ ਐਫਰਟ ਕਰਾਂਗੇ